ਹੁਣ ਕੈਲਗਰੀ ਫਲੇਮਸ ਦੀ ਗੱਲਬਾਤ ਕਰਦੇ ਹਾਂ। ਹਾਂਜੀ, ਪਿਛਲੇ 2 ਹਫ਼ਤਿਆਂ 'ਚ ਵਧੀਆ ਟੀਮਾਂ ਨਾਲ ਖੇਡਦੇ ਪਰ ਹੁਣ 4 ਗੇਮਾਂ ਲਗਾਤਾਰ ਇਹਨਾਂ ਨੇ ਹਾਰੀਆਂ ਵੀ ਹੈਗੀਆਂ। ਸੋ ਪਿਛਲਾ ਹਫ਼ਤਾ ਬਹੁਤ ਮਾੜਾ ਰਿਹਾ ਆ, ਅੱਜ ਵੀ ਖੇਡ ਰਹੇ ਆ, ਕੋਈ ਹੱਲੇ ਗੋਲ ਨਹੀਂ ਹੋਏ ਟੈਂਪਾ ਦੇ ਵਿਰੁੱਧ। ਪਰ ਪਿਛਲੇ ਸਨਿਚਰਵਾਰ ਤੋਂ ਲੈ ਕੇ ਕਾਦਰੀ ਨੇ ਗੋਲ ਕਰਤਾ ਸੀ, 3-2 ਹੋ ਗਿਆ ਸੀ ਸਕੋਰ। ਉਸ ਤੋਂ ਬਾਅਦ ਪਨੀਕੋ ਹੀਸ਼ਰ ਨੇ 190 ਫੁੱਟ ਦਾ ਐਮਪਟੀ ਨੈਟ ਸ਼ਾਟ ਮਾਰ ਕੇ ਉਹ ਗੇਮ ਫਿਨਿਸ਼ ਕਰ ਦਿੱਤੀ। ਕੋਲੋਰਾਡੋ ਦੇ ਵਿਰੁੱਧ ਵੀ ਲੀਡ ਕਰ ਰਹੇ ਸੀਗੇ 5-3 2 ਪੀਰੀਅਡ ਤੋਂ ਬਾਅਦ, ਪਰ ਉਸ ਤੋਂ ਬਾਅਦ ਹਾਰ ਗਏ। ਤੀਜੇ ਪੀਰੀਅਡ ਦੇ ਵਿੱਚ 3 ਗੋਲ ਕਰਵਾ ਲਏ ਇਹਨਾਂ ਨੇ ਕੋਲੋਰਾਡੋ ਐਵਲੈਂਸ ਦੇ ਵਿਰੁੱਧ, ਤੇ ਉਹ ਵੀ ਗੇਮ ਹਾਰ ਗਏ। ਤੇ ਵੇਗਸ ਗੋਲਡਨ ਨਾਈਟਸ ਦਾ ਮੈਚ ਜਿਹੜਾ ਹੋਇਆ ਓਵਰਟਾਈਮ ਤੱਕ ਗਿਆ, ਪਰ ਉਹ ਵੀ ਹਾਰ ਗਏ। ਮਾੜੀ ਹਾਲਤ ਕੈਲਗਰੀ ਫਲੇਮਸ ਦੀ।